ਪੰਜਾਬ ਸਰਕਾਰ ਵੱਲੋਂ ਦੋ ਰੋਜ਼ਾ ਵਿਧਾਨ ਸਭਾ اجلاس ਵਿਸ਼ੇਸ਼ ਤੌਰ ਤੇ ਇਸ ਕਰਕੇ ਬੁਲਾਇਆ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਦਾ ਮੰਨਣਾ ਕਿ ਸੈਂਟਰ ਸਰਕਾਰ ਧੱਕਾ ਕਰਕੇ ਇੱਕ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਔਰ ਇੱਕ ਕੌਮੀ ਹੈਲਥ ਮਿਸ਼ਨ ਦੇ ਤਹਿਤ ਮਿਲਦੀਆਂ ਗ੍ਰਾਂਟਾਂ ਵੀ ਰੋਕ ਦਿੱਤੀਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੋ ਰੋਜ਼ਾ ਵਿਸ਼ੇਸ਼ اجلاس ਬੁਲਾਉਣ ਦੀ ਜਿਹੜੀ ਉਹ ਕੈਬਨਿਟ ਚ ਵੀ ਪਾਸ ਹੋ ਚੁੱਕਾ ਕਿ ਆਖਰ ਕਿਉਂ ਸੈਂਟਰ ਸਰਕਾਰ ਪੰਜਾਬ ਨਾਲ ਧੱਕਾ ਕਰੀ ਹੈ ਕਿਉਂ ਪੈਸਾ ਰੁਕਿਆ ਜਾ ਰਿਹਾ ਹੈ ਕੌਮੀ ਹੈਲਥ ਮਿਸ਼ਨ ਦਾ ਪੈਸਾ ਕਿਉਂ ਰੁਕਿਆ ਜਾ ਰਿਹਾ ਲੇਕਿਨ ਉਸ ਤੋਂ ਬਾਅਦ ਹੁਣ ਸੈਂਟਰਲ ਸਰਕਾਰ ਨੇ ਵੀ ਪੰਜਾਬ ਸਰਕਾਰ ਦੇ ਇਸ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਦ ਸੈਂਟਰਲ ਸਰਕਾਰ ਦਾ ਕੌਮੀ ਹੈਲਥ ਮਿਸ਼ਨ ਤਹਿਤ ਚਲਾਏ ਜਾ ਰਹੇ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਨੇ ਉਹਦਾ ਜਿਹੜਾ ਫੰਡ ਆ ਉਹ ਡਿਵਰਟ ਕੀਤੇ ਜਾ ਰਹੇ ਨੇ ਦੂਜਾ ਜਿਹੜੇ ਉਸ ਕੌਮੀ ਹੈਲਥ ਮਿਸ਼ਨ ਦੇ ਤਹਿਤ ਜਿਹੜੇ ਵੈਲਨੈਸ ਸੈਂਟਰ ਬਣਾਏ ਗਏ ਨੇ ਹੈਲਥ ਐਂਡ ਵੈਲਨੈਸ ਸੈਂਟਰ ਉੱਥੇ ਭਗਵੰਤ ਮਾਤਾ ਦੀ ਸਰਕਾਰ ਨੇ ਹੈਲਥ ਐਂਡ ਵੈਲਨੈਸ ਸੈਂਟਰ ਤੇ ਰੰਗ ਰੂੰਗ ਬਦਲ ਕੇ ਤੇ ਸਿਰਫ ਮਹੱਲਾ ਕਲੀਨਿਕ ਦੇ ਬੋਰਡ ਜਾਂ ਤਖਤੀਆਂ ਜਾਂ ਫੱਟੀਆਂ ਲਗਾ ਦਿੱਤੀਆਂ ਤੇ ਜਦ ਸੈਂਟਰ ਦੀ ਸਕੀਮ ਪੰਜਾਬ 'ਚ ਬਦਲ ਦਿੱਤੀ ਗਈ ਆ ਬੰਦ ਕਰ ਦਿੱਤੀ ਗਈ ਆ ਤੇ ਫਿਰ ਸੈਂਟਰ ਸਰਕਾਰ ਪੰਜਾਬ ਨੂੰ ਕਿਉਂ ਗ੍ਰਾਂਟ ਦੇਵੇ ਇਹ ਮਾਮਲਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਪੰਜਾਬ ਸਰਕਾਰ ਦੇ ਇਸ ਫੈਸਲੇ ਲੈ ਕੇ ਕੇਂਦਰੀ ਸਿਹਤ ਮੰਤਰੀ ਮਨਸੂਖ ਮਾਂਡਵਿਆ ਨੇ ਤਿੱਖਾ ਹਮਲਾ ਕੀਤਾ ਮਾਂਡਵਿਆ ਨੇ ਕਿਹਾ ਕਿ ਕੇਂਦਰ ਦੇ ਵੈਲਨੈਸ ਸੈਂਟਰ ਤੇ ਮੱਲਾ ਕਲੀਨਿਕ ਦੇ ਤਖਤੀਆਂ ਜਾਂ ਬੋਰਡ ਲਗਾਈਆਂ ਜਾ ਰਹੀਆਂ ਨੇ ਇਸ ਕਰਕੇ ਸੈਂਟਰ ਗ੍ਰਾਂਟ ਕਿਉਂ ਦੇਵੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ ਫੰਡ ਦਾ ਮਾਮਲੇ ਦੇ ਤਹਿਤ ਜਿਹੜੇ ਮਹਿਲਾ ਕਲੀਨਿਕ ਬਣਾਏ ਨੇ ਜਦਕਿ ਇਹ ਸੈਂਟਰ ਇਸ ਕਰਕੇ ਪੈਸਾ ਦਿੰਦੀ ਆ ਕਿ ਹੈਲਥ ਐਂਡ ਵੈਲਨੈਸ ਸੈਂਟਰ ਬਣਾਏ ਜਾਣ ਜਿਹੜੇ ਪੂਰੇ ਹਿੰਦੁਸਤਾਨ ਚ ਨੇ ਪਰ ਪੰਜਾਬ ਨੇ ਰੰਗ ਰੂਪ ਬਦਲ ਕੇ ਉਹਨਾਂ ਵੈਲਨੈਸ ਸੈਂਟਰਾਂ ਦਾ ਨਾਮ ਮਹਿਲਾ ਕਲੀਨਿਕ ਰੱਖ ਦਿੱਤਾ ਹੈ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵਿਆ ਨੇ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਵੀ ਕੀਤਾ ਉਹਨਾਂ ਕਿਹਾ ਕਿ ਕੇਂਦਰ ਦੀ ਯੋਜਨਾ ਨਾਲ ਚੱਲਣ ਵਾਲੇ ਹੈਲਥ ਐਂਡ ਵੈਲਨੈਸ ਸੈਂਟਰ ਉੱਤੇ ਪੰਜਾਬ ਸਰਕਾਰ ਨੇ ਰੰਗ ਰੂਪ ਬਦਲ ਕੇ ਮੱਲਾ ਕਲੀਨਿਕ ਬਣਾ ਦਿੱਤੇ ਨੇ ਤੇ ਉਹ ਜਿਹੜੇ ਵੈਲਨੈਸ ਸੈਂਟਰ ਨੇ ਸੈਂਟਰ ਸਰਕਾਰ ਦੇ ਉਹਨਾਂ ਤੇ ਮੱਲਾ ਕਲੀਨਿਕ ਦੇ ਬੋਰਡ ਜਾਂ ਤਖਤੀਆਂ ਲਗਾ ਦਿੱਤੀਆਂ ਤੇ ਅਜਿਹੀ ਸਥਿਤੀ ਦੇ ਵਿੱਚ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਕਿਉਂ ਗ੍ਰਾਂਟ ਦੇਵੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਚੰਡੀਗੜ੍ਹ ਵਿਖੇ ਜਿਹੜੇ ਵੈਲਨੈਸ ਸੈਂਟਰਾਂ ਦਾ ਉਦਘਾਟਨ ਕਰਨ ਉਪਰੰਤ মিডিਆ ਦੇ ਨਾਲ ਗੱਲਬਾਤ ਕਰੇ ਸਨ ਕੇਂਦਰੀ ਮੰਤਰੀ ਨੇ ਕਿਹਾ ਕਿ ਹੈਲਥ ਐਂਡ ਵੈਲਨੈਸ ਸੈਂਟਰ ਤੇ ਮੁਫਤ ਮੈਡੀਸਿਨ ਮਿਲਦੀ ਆ ਇਸ ਤੇ 60% ਦੀ ਪੈਸਾ ਕੇਂਦਰ ਸਰਕਾਰ ਵੱਲੋਂ ਲਗਾਇਆ ਜਾਂਦਾ ਔਰ ਇਸੇ ਤਰ੍ਹਾਂ ਜਿਹੜੀ ਜਿਹੜੀ ਮੈਨ ਪਾਵਰ ਆ ਅਤੇ ਇਨਫਰਾਸਟ੍ਰਕਚਰ ਤੇ ਵੀ 60% ਦੀ ਪੈਸਾ ਭਾਰ ਸਰਕਾਰ ਹੀ ਦਿੰਦੀ ਆ ਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰ ਲਈ ਬਣੇ ਬਣਾਏ ਜਿਹੜੇ ਹੈਲਥ ਐਂਡ ਵੈਲਨੈਸ ਸੈਂਟਰ ਆ ਉਹ ਉਹਨਾਂ ਦੇ ਮਹਿਲਾ ਕਲੀਨਿਕ ਦੀਆਂ ਤਖਤੀਆਂ ਜਾਂ ਬੋਰਡ ਲਗਾ ਦਿੱਤੇ ਨੇ ਤੇ ਜਦ ਸੈਂਟਰ ਸਰਕਾਰ ਦੀ ਜਿਹੜੀ ਯੋਜਨਾ ਪੰਜਾਬ ਵਿੱਚ ਬੰਦ ਹੀ ਕਰ ਦਿੱਤੀ ਗਈ ਆ ਤੇ ਫਿਰ ਗ੍ਰਾਂਟ ਦੇਣ ਦਾ ਕੀ ਮਤਲਬ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਆਪਣੀ ਯੋਜਨਾ ਦੇ ਨਾਲ ਹੈਲਥ ਖੇਤਰ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਇਹਦੇ ਵਿੱਚ ਕੋਈ ਪਰੇਸ਼ਾਨੀ ਆ ਨਹੀਂ ਹੈ ਪਰ ਜਦ ਬਾਹਰ ਸਰਕਾਰ ਦੇ ਪੈਸੇ ਨਾਲ ਚੱਲਣ ਵਾਲੀ ਯੋਜਨਾ ਦਾ ਨਾਮ ਹੀ ਪੰਜਾਬ ਸਰਕਾਰ ਨੇ ਬਦਲ ਦਿੱਤਾ ਤੇ ਉਸ ਨੂੰ ਬੰਦ ਕਰ ਦਿੱਤਾ ਤੇ ਫਿਰ ਬੰਦ ਯੋਜਨਾ ਨੂੰ ਲੈ ਕੇ ਬੰਦ ਸਕੀਮ ਨੂੰ ਲੈ ਕੇ ਗ੍ਰਾਂਟ ਕਿਵੇਂ ਦਿੱਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਨਾਲੇ ਪੰਜਾਬ ਸਰਕਾਰ ਨਾਮ ਵੀ ਬਦਲ ਚੁੱਕੀ ਆ ਗ੍ਰਾਂਟ ਤੇ ਜਿਹੜੀ ਯੋਜਨਾ ਉਹ ਵੀ ਬੰਦ ਕਰ ਚੁੱਕੀ ਆ ਇਸ ਦੇ ਬਾਵਜੂਦ ਪੰਜਾਬ ਸਰਕਾਰ ਰਾਜਨੀਤੀ ਕਰ ਰਹੀ ਆ ਔਰ ਵਿਧਾਨ ਸਭਾ ਵੇ ਲਈ 2 ਦਿਨ ਦਾ ਸਪੈਸ਼ਲ اجلاس ਬੁਲਾ ਰਹੀ ਆ ਜਦ ਕਿ ਅਸਲੀਅਤ ਇਹ ਆ ਕਿ ਸੈਂਟਰ ਸਰਕਾਰ 60% ਦੀ ਜਿਹੜਾ ਪੈਸਾ ਉਹ ਸਿਰਫ ਤੇ ਸਿਰਫ ਦਵਾਈਆਂ ਵਾਸਤੇ ਦਿੰਦੀ ਆ ਔਰ ਨਾਲ 60% ਦੀ ਜਿਹੜਾ ਪੈਸਾ ਵਾ ਉਹ ਜਿਹੜੇ ਇਹਨਾਂ ਵੈਲਥ ਵੈਲਨੈਸ ਸੈਂਟਰਾਂ ਦੇ ਵਿੱਚ ਮੁਲਾਜ਼ਮ ਜਾਂ ਭਰਤੀ ਕਰਨੇ ਜਾਂ ਇਨਫਰਾਸਟ੍ਰਕਚਰ ਵਾਸਤੇ ਦਿੰਦੀ ਆ ਤੇ ਜਦ ਸਾਰੀ ਸਕੀਮ ਸੈਂਟਰ ਸਰਕਾਰ ਦੀ ਹੈ ਸੈਂਟਰ ਸਰਕਾਰ ਗ੍ਰਾਂਟ ਦਿੰਦੀ ਆ ਤੇ ਫਿਰ ਪੰਜਾਬ ਚ ਉਹ ਜਿਹੜੇ ਮਹੱਲਾ ਕਲੀਨਿਕ ਨਾਮ ਨਹੀਂ ਰੱਖਣਾ ਚਾਹੀਦਾ ਉਹ ਹੈਲਥ ਐਂਡ ਵੈਲਨੈਸ ਸੈਂਟਰ ਹੀ ਨਾਮ ਹੋਣਾ ਚਾਹੀਦਾ ਕਿਉਂਕਿ ਸੈਂਟਰ ਪੈਸੇ ਦਿੰਦੀ ਆ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਹੈਲਥ ਐਂਡ ਵੈਲਨੈਸ ਸੈਂਟਰ ਹੀ ਬਣਾਏਗੇ ਨੇ ਸੂਬਾ ਸਰਕਾਰਾਂ ਵੱਲੋਂ ਲੇਕਿਨ ਪੰਜਾਬ ਦੇ ਵਿੱਚ ਉਹ ਸਕੀਮ ਸੈਂਟਰ ਸਰਕਾਰ ਦੀ ਸਕੀਮ ਬੰਦ ਕਰਕੇ ਸੈਂਟਰ ਦੇ ਪੈਸੇ ਨੇ ਸੈਂਟਰ ਦੇ ਪੈਸਿਆਂ ਦੇ ਨਾਲ ਜਿਹੜੇ ਵੈਲਨੈਸ ਸੈਂਟਰ ਬਣਨੇ ਚਾਹੀਦੇ ਸੀ ਉਹ ਸੈਂਟਰ ਦੇ ਪੈਸਿਆਂ ਦੇ ਨਾਲ ਮਹੱਲਾ ਕਲੀਨਿਕ ਬਣਾਏ ਗਏ ਨੇ ਤੇ ਬਣਾਏ ਜਾ ਰਹੇ ਨੇ ਜਦ ਕਿ ਪੈਸਾ ਸੈਂਟਰ ਦਾ ਤੇ ਜਦ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਸੈਂਟਰ ਦੀ ਸਕੀਮ ਬੰਦੀ ਕਰ ਦਿੱਤੀ ਨਾਮ ਹੀ ਬਦਲ ਦਿੱਤੇ ਨੇ ਤੇ ਫਿਰ ਸੈਂਟਰ ਸਰਕਾਰ ਪੰਜਾਬ ਨੂੰ ਕਿਉਂ ਗ੍ਰਾਂਟ ਦੇਵੇ ਦੇਖਦੇ ਆਂ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਹੁਣੀ ਸੈਂਟਰ ਸਰਕਾਰ ਅਤੇ ਸੈਂਟਰ ਸਰਕਾਰ ਦੇ ਸਿਹਤ ਮੰਤਰੀ ਮਨਸੁਖ ਮਾੜਵਿਆ ਵੱਲੋਂ ਜਿਹੜੇ ਲਗਾਏ ਗਏ ਨੇ ਪੰਜਾਬ ਸਰਕਾਰ ਦੇ ਦੋਸ਼ ਉਹਨਾਂ ਦੋਸ਼ਾਂ ਦਾ ਜਵਾਬ ਜਾਂ ਖੰਡਨ ਕਦੋਂ ਕਰਦੀ ਹੈ ਫਿਲਹਾਲ ਤੁਸੀਂ ਬੜੇ ਰਹੋ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ